ਬਹੁਤ ਚੜ੍ਹਦੀ ਕਲਾ ਦੇ ਨਾਲ, ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮਹੱਲੇ ਦਾ ਸਾਡਾ ਕੌਮੀ ਤਿਉਹਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਉਹ ਵੀ ਸੰਗਤਾਂ 'ਚ ਸੁਸ਼ੋਭਿਤ ਨੇ, ਮਾਣ ਦੇ ਰਹੇ ਨੇ ਸਾਰੇ ਕਵੀਆਂ ਨੂੰ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਓ ਇੱਕ ਜਕਾਰੇ ਬਾਰੇ ਮੈਂ ਵੀ ਬੰਦ ਕਹਿ ਕੇ, ਸਾਰੀ ਕਵਿਤਾ ਚੜ੍ਹਦੀ ਕਲਾ ਦੇ ਬੰਦ ਕਹਿਣੇ ਨੇ, ਹਰ ਬੰਦ ਤੁਹਾਡੇ ਤੋਂ ਜੈਕਾਰਾ ਮੰਗੇਗਾ, ਇਹ ਹੁਣ ਤੁਸੀਂ ਖਿਆਲ ਆਪੇ ਰੱਖਣਾ। ਪਹਿਲਾ ਬੰਦ ਜੈਕਾਰੇ ਬਾਰੇ, ਗੱਜ ਕੇ ਫਤਿਹ ਬੁਲਾਇਓ ਢਿੱਲੀ ਜੀ ਨੀ, ਵਾਹਿਗੁਰੂ ਜੀ ਕਾ ਖਾਲਸਾ ਸਿੰਘ ਸਾਹਿਬ ਜੀਓ। ਆ ਚਮਕਾ ਮਾਰਦਾ ਜਿੱਦਾਂ ਆਕਾਸ਼ ਅੰਦਰ ਚੰਨ ਚੌਦਵੀਂ ਦਾ ਵਿੱਚ ਤਾਰਿਆਂ ਦੇ, ਇਹ ਲਿਸ਼ਕਾ ਮਾਰਦਾ ਜਿੱਦਾਂ ਆਕਾਸ਼ ਅੰਦਰ ਚੰਨ ਚੌਦਵੀਂ ਦਾ ਵਿੱਚ ਤਾਰਿਆਂ ਦੇ, ਆ ਚੜ੍ਹਦੀ ਕਲਾ ਆਉਂਦੀ ਦਰਸ਼ਨ ਕਰ ਜਿੱਦਾਂ ਸੋਹਣੇ ਸਜੇ ਹੋਏ ਪੰਜਾਂ ਪਿਆਰਿਆਂ ਦੇ, ਝੁਲਦੇ ਕੇਸਰੀ ਪਏ ਨਿਸ਼ਾਨ ਸਾਹਿਬ ਜਿੱਦਾਂ ਸੋਹਦੇ ਨੇ ਨਾਲ ਗੁਰਦੁਆਰਿਆਂ ਦੇ, ਆ ਕਲਗੀ ਧਰ ਦੇ ਕਵੀ ਦਰਬਾਰ ਏਦਾਂ ਜਚਦੇ ਜਾਚਕਾਂ ਨਾਲ ਜਕਾਰਿਆਂ ਦੇ। ਬਹੁਤ ਬਹੁਤ ਧੰਨਵਾਦ। ਹੁਣ ਯਾਦ ਰੱਖਣਾ, ਭੁੱਲਣਾ ਨਹੀਂ, ਦਰਸ਼ਨ ਕਰਿਓ ਇਸ ਪਾਵਨ ਸਥਾਨ 'ਤੇ। ਪਾਤਸ਼ਾਹ ਜੀ ਕੀ ਚੋਜ ਰਚਾਰੇ ਨੇ। ਔਰੰਗਜ਼ੇਬ ਸੀ ਉਦੋਂ ਫੁਰਮਾਨ ਕੀਤਾ, ਥਾਂ ਥਾਂ 'ਤੇ ਇੱਦਾਂ ਪ੍ਰਚਾਰ ਹੋਵੇ ਦੇਵਾਂ ਜੀ ਨੂੰ ਦਰਬਾਰੀ ਦਰਬਾਰ ਅੰਦਰ ਆ ਪੱਗ ਬੰਨਣ ਦਾ ਕੋਈ ਹੱਕਦਾਰ ਹੋਵੇ, ਨਾ ਕੋਈ ਚੜ੍ਹੇ ਘੋੜੇ ਨਾ ਖੜਕਾਏ ਧੌਂਸੇ, ਕਿਸੇ ਹੱਥ ਨਾ ਕੋਈ ਹਥਿਆਰ ਹੋਵੇ, ਉਹਨੂੰ ਸਦਾ ਦੀ ਨੀਂਦ ਸੁਆ ਦੇਵੋ ਜਿਹੜਾ ਮੰਨਣ ਤੋਂ ਕਰਦਾ ਇਨਕਾਰ ਹੋਵੇ। ਅਤੇ ਦਰਸ਼ਨ ਕਰਿਓ ਪਾਤਸ਼ਾਹ ਦੇ ਕਿ ਦਸਮ ਪਿਤਾ ਨੇ ਚੈਲੰਜ ਕਬੂਲ ਕੀਤਾ, ਉਹ ਤੇ ਘੋੜੇ 'ਤੇ ਫੌਜਾਂ ਰਖਾਉਣ ਲੱਗੇ, ਮੁੱਖ 'ਤੇ ਹਰ ਅਤੇ ਚਿੱਤ ਮੈਂ ਯੁੱਧ ਵਾਲੇ, ਧੌਂਸੇ ਅਤੇ ਨਗਾਰੇ ਵਜਾਉਣ ਲੱਗੇ, ਕਲਗੀ ਧਰ ਦੇ ਹੁਕਮ ਨੂੰ ਮੰਨ ਕੇ ਅਤੇ ਸਿੰਘ ਦੂਰੇ ਦਸਤਾਰੇ ਸਜਾਉਣ ਲੱਗੇ, ਉਹ ਲੋਕੀ ਰੰਗ ਦੀਆਂ ਹੋਲੀਆਂ ਖੇਡਦੇ ਨੇ, ਉਹ ਤੇ ਖੂਨ ਦੇ ਹੋਲੇ ਖਿਡਾਉਣ ਲੱਗੇ। ਦਰਸ਼ਨ ਕਰਿਓ ਗੰਗਾ ਦਰਿਆ ਦੇ ਵਿੱਚ, ਬਾਲ ਗੋਬਿੰਦ ਰਾਏ ਸੋਨੇ ਦੇ ਦੋਵੇਂ ਕੜੇ ਲਾ ਕੇ ਸੁੱਟ ਰਹੇ ਨੇ, ਮਾਤਾ ਗੁਜਰੀ ਜੀ ਆ ਗਏ ਨੇ ਕੋਲ ਅਤੇ ਕਹਿਣ ਲੱਗੇ ਨੇ ਲਾਲ ਇਹ ਕੀ ਕਰ ਰਿਹਾ। ਤੋ ਸਿੰਘ ਸਾਹਿਬ ਜਾਚਕ ਦੀ ਖਿਆਲ ਉਡਾਰੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬਖਸ਼ਿਸ਼ਾਂ, ਤਖ਼ਤ ਸ੍ਰੀ ਕੇਸਗੜ੍ਹ ਦੇ ਕੋਲ ਬੈਠੇ ਹੋ, ਮਾਤਾ ਤਾਈ ਸਤਿਕਾਰ ਨਾਲ ਕਹਿਣ ਲੱਗੇ ਕੰਗਣ ਸੋਨੇ ਦੇ ਸਾਰੇ ਲਵਾ ਦਿਆਂਗਾ, ਨਹੀਂ ਸੋਨੇ ਦੇ ਕੰਗਣਾਂ ਦੀ ਲੋੜ ਰਹਿਣੀ, ਸਭ ਨੂੰ ਪੰਜ ਕਕਾਰ ਪਹਿਨਾ ਦਿਆਂਗਾ, ਕੇਸਗੜ੍ਹ 'ਤੇ ਬਖਸ਼ ਕੇ ਦਾਤ ਅੰਮ੍ਰਿਤ, ਆਏ ਅਣਖੀ ਸੂਰਮੇ ਸਿੰਘ ਸਜਾ।
ਖਾਲਸਾ ਜੀ, ਜਿੱਥੇ ਸਜੇ ਬੈਠੇ ਹੋ ਨਾ, ਪਾਵਨ ਅੰਮ੍ਰਿਤ ਦੀ ਬਖਸ਼ ਕੇ ਦਾਤ ਦਾਤੇ ਸਾਨੂੰ ਬਖਸ਼ੀਆਂ ਸ਼ਕਤੀਆਂ ਸਾਰੀਆਂ ਨੇ, ਦਸਮ ਪਿਤਾ ਨੇ ਵਾਰ ਪਰਿਵਾਰ ਸਾਰਾ, ਆ ਸਿੱਖੀ ਮਹਿਲ ਦੀਆਂ ਨੀਹਾਂ ਉਹ ਸਾਰੀਆਂ ਨੇ, ਆਪਣੇ ਜਨਮ ਤੋਂ ਲੈ ਕੇ ਖਾਲਸੇ ਨੇ ਹਰ ਮੈਦਾਨ ਅੰਦਰ ਮੱਲਾਂ ਮਾਰੀਆਂ ਨੇ। ਉਹ ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਸਾਨੂੰ ਐਵੇਂ ਨਹੀਂ ਦੁਨੀਆ ਸਰਦਾਰ ਕਹਿੰਦੀ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ, ਦਰਸ਼ਨ ਕਰੀਏ ਇੱਥੋਂ ਦੇ ਗੁਰੂ ਸਾਹਿਬ ਦੇ ਨਾਲ, ਕੁਝ ਹੋਰ ਵੀ ਨੇ ਉਹ ਸ਼ਕਤੀਆਂ ਨੇ, ਕਿਹੜੀਆਂ ਨੇ ਕਿ ਤੇਰੀ ਤੇਗ ਦੀ ਧਾਰ ਨੇ ਪਾਤਸ਼ਾਹ 22 ਧਾਰਾਂ ਦੇ ਛੱਕੇ ਛੁਡਾ ਦਿੱਤੇ। ਸਿੰਘ ਸਾਹਿਬ ਜੀ, ਤੇਰੀ ਤੇਗ ਦੀ ਧਾਰ ਨੇ ਪਾਤਸ਼ਾਹ ਆ 22 ਧਾਰਾਂ ਦੇ ਛੱਕੇ ਛੁਡਾ ਦਿੱਤੇ, ਤੇਰੇ ਤੀਰ ਜੋ ਚੱਲੇ ਕਮਾਨ ਵਿੱਚੋਂ, ਦੁਸ਼ਮਣ ਵਾਂਗ ਕਮਾਨ ਲਿਫਾ ਦਿੱਤੇ, ਉਹ ਤੇਰੇ ਨੀਲੇ ਫੁਰਤੀਲੇ ਦੀਆਂ ਫੁਰਤੀਆਂ ਨੇ ਰੰਗ ਵੈਰੀਆਂ ਦੇ ਨੀਲੇ ਪਾ ਦਿੱਤੇ। ਉਹ ਬਾਜਾ ਵਾਲਿਆ, ਬਾਜ ਦੀ ਬਾਜ ਆਖਣੇ, ਬਾਜ ਆਉਣ ਲਈ ਸਬਕ ਸਿਖਾ ਦਿੱਤੇ। ਬਾਜਾ ਵਾਲਿਆ, ਬਾਜ ਦੀ ਬਾਜ ਆਖਣੇ, ਬਾਜ ਆਉਣ ਲਈ ਸਬਕ ਸਿਖਾ ਦਿੱਤੇ। ਨੂਰ ਸਾਹਿਬ ਜਿੱਦਾਂ ਘਾਲੀ ਸੀ ਘਾਲਣਾ ਪਾਤਸ਼ਾਹ ਨੇ, ਏਦਾਂ ਕੋਈ ਨਹੀਂ ਘਾਲਣਾ ਘਾਲ ਸਕਦਾ। 125,000 ਨਾਲ ਇੱਕ ਲੜਾਉਣ ਵਾਲਾ ਕਰ ਕਮਾਲ ਹੈ, ਸਾਹਿਬੇ ਕਮਾਲ ਸਕਦਾ। ਜਿੱਦਾਂ ਵਾਰੇ ਚਮਕੌਰ ਦੀ ਜੰਗ ਅੰਦਰ, ਏਦਾਂ ਵਾਰ ਨਹੀਂ ਕੋਈ ਵੀ ਬਾਲ ਸਕਦਾ। ਉਹ ਜਿੱਦਾਂ ਮੌਤ ਦੇ ਨਾਲ ਸੀ ਲਾਲ ਤੋਰੇ, ਨਹੀਂ ਕੋਈ ਤੋਰ ਜਕਾਰਿਆਂ ਨਾਲ ਸਕਦਾ। ਜਿੱਦਾਂ ਮੌਤ ਦੇ ਨਾਲ ਸੀ ਲਾਲ ਤੋਰੇ, ਨਹੀਂ ਕੋਈ ਤੋਰ ਜਕਾਰਿਆਂ ਨਾਲ ਸਕਦਾ। ਇੱਕ ਦਰਸ਼ਨ ਕਰਿਓ ਛੋਟੇ ਸਾਹਿਬਜ਼ਾਦਿਆਂ ਦੇ, ਹੁਕਮ ਹੋਇਆ ਕਿ ਤਾਕੀ ਵਿੱਚੋਂ ਦੀ ਲਿਆਇਆ ਜਾਏ ਤਾਂ ਕਿ ਇਹਨਾਂ ਦੇ ਸਿਰ ਝੁੱਕ ਜਾਣ, ਅਤੇ ਅਸੀਂ ਕਹਿ ਦਈਏ ਵੀ ਸੂਬੇ ਨੂੰ ਇਹਨਾਂ ਨੇ ਸਲਾਮ ਕਰ ਦਿੱਤੀ ਹੈ ਅਤੇ ਗੱਲ ਬਣ ਜਾਏਗੀ। ਦਰਸ਼ਨ ਕਰਿਓ, ਸੂਬੇ ਸਾਹਮਣੇ ਕਰਨ ਲਈ ਪੇਸ਼ ਦੋਵੇਂ, ਬਾਰੀ ਵੱਲੋਂ ਦੀ ਦੁਸ਼ਟ ਲਿਆਏ ਹੈ ਸਨ। ਪਹਿਲਾਂ ਸਿਰ ਲੰਘਾਉਣਾ ਹੈ, ਤੁਸੀਂ ਬੱਚਿਓ ਪੱਕੀ ਤਰ੍ਹਾਂ ਇਹ ਪੱਕ ਪਕਾਏ ਹੈ ਸਨ। ਸਾਹਿਬਜ਼ਾਦਿਆਂ, ਸਿਰ ਲੰਘਾਉਣ ਦੀ ਥਾਂ ਪਹਿਲਾਂ ਆਪਣੇ ਪੈਰ ਲੰਘਾਏ ਹੈ ਸਨ। ਆ ਸਿਰ ਝੁਕਾਉਣ ਦੀ ਥਾਂ ਸਿਰ ਕਾਰੀ ਉੱਚਾ ਉੱਚੀ ਉੱਚੀ ਜਕਾਰੇ ਗਜਾਏ ਹੈ ਸਨ। ਜ਼ਮੀਰ ਜੀ,
ਲਉ ਭਿੱਜਾ ਇਤਿਹਾਸ ਦੱਸਦਾ ਏ, ਲਉ ਭਿੱਜਾ ਇਤਿਹਾਸ ਦੱਸਦਾ ਏ, ਸਿੰਘਾਂ ਮੌਤ ਦੇ ਮੂੰਹ ਸੀ ਮੋੜ ਦਿੱਤੇ, ਸਮੇਂ ਸਮੇਂ ਤੇ ਕਰਨ ਜੋ ਜ਼ੁਲਮ ਆਏ, ਜ਼ਾਲਮ ਜ਼ੁਲਮ ਦੇ ਹੜਾਂ 'ਚ ਰੋੜ ਦਿੱਤੇ, ਜਿਹਨੇ ਜਿਹਨੇ ਵੀ ਵੇਖਿਆ ਅੱਖ ਕੈਰੀ ਉਹ ਸਭ ਨਿੰਬੂਆਂ ਵਾਂਗ ਨਿਚੋੜ ਦਿੱਤੇ, ਉਹ ਜਿਹੜੇ ਕਹਿੰਦੇ ਆ ਸਿੰਘਾਂ ਦੇ ਲੱਕ ਟੁੱਟੇ ਸਿੰਘਾਂ, ਉਹਨਾਂ ਦੇ ਲੱਕ ਹੀ ਤੋੜ ਦਿੱਤੇ। ਇੱਕ ਗੱਲ ਬੀਬੀਆਂ ਬਾਰੇ ਕਹਿਣ ਜਾ ਰਿਹਾ ਕਿ ਭਾਵੇਂ ਬੱਚੇ ਸ਼ਹੀਦ ਹੋਏ ਬੀਬੀਆਂ ਦੇ, ਨਾ ਹੀ ਡਰੀਆਂ ਤੇ ਨਾ ਹੀ ਡੋਲੀਆਂ ਨੇ, ਦਿਨ ਦਿਹਾੜੇ ਹੀ ਮਾਰੇ ਸੀ ਡੰਗ ਜਹਿਰੀ, ਮੰਨੂ ਵਰਗੀਆਂ ਸੱਪਾਂ ਸਪੋਲੀਆਂ ਨੇ, ਟੋਟੇ ਟੋਟੇ ਕਰ ਜਿਗਰ ਦੇ ਟੋਟਿਆਂ ਦੇ, ਸਿੱਖ ਬੀਬੀਆਂ ਦੀਆਂ ਭਰੀਆਂ ਝੋਲੀਆਂ ਨੇ, ਅੱਖਾਂ ਸਾਹਮਣੇ ਅੱਖਾਂ ਤਾਰਿਆਂ ਦੇ ਲਾਲ ਲਹੂ ਨਾਲ ਖੇਡੀਆਂ ਹੋਲੀਆਂ ਨੇ, ਅੱਖਾਂ ਸਾਹਮਣੇ ਅੱਖਾਂ ਤਾਰਿਆਂ ਦੇ ਲਾਲ ਲਹੂ ਨਾਲ ਖੇਡੀਆਂ ਹੋਲੀਆਂ ਨੇ। ਆਖਰ ਦੇ ਵਿੱਚ ਇੱਕ ਬੰਦ ਕਹਿ ਕੇ ਆਪਣੀ ਥਾਂ ਲੈ ਰਿਹਾ, ਅੱਜ ਬਿਨਾਂ ਕਿਸੇ ਗੱਲ ਤੋਂ ਸਾਡੇ ਬੱਚੇ ਨਾਈਆਂ ਦੀਆਂ ਦੁਕਾਨਾਂ 'ਤੇ ਜਾ ਰਹੇ ਨੇ। ਭਾਈ ਤਾਰੂ ਸਿੰਘ ਜੀ ਨੂੰ ਯਾਦ ਰੱਖਿਆ ਕਰੀਏ। ਸਿੰਘ ਸਾਹਿਬ ਜੀ, ਤਾਰੂ ਸਿੰਘ ਨੂੰ ਜਕਰੀਏ ਆਖਿਆ ਸੀ, ਤਾਰੂ ਸਿੰਘ ਨੂੰ ਜਕਰੀਏ ਆਖਿਆ ਸੀ, ਕਹਿਣਾ ਮਨ ਤੂੰ ਹੋ ਸੁਚੇਤ ਮੇਰਾ, ਆ ਸਿੱਖੀ ਰੂਪ ਤਿਆਗ ਦੇ ਸਦਾ ਦੇ ਲਈ, ਇਸੇ ਵਿੱਚ ਤੇਰਾ ਤੇ ਹੇਤ ਮੇਰਾ। ਕਿਹਾ ਸਿੰਘ ਨੇ ਅੱਗੋਂ ਲਲਕਾਰ ਕਹਿਤੇ, ਤੂੰ ਨਹੀਂ ਜਾਣ ਸਕਦਾ ਸਿੱਖੀ ਭੇਤ ਮੇਰਾ, ਓਏ ਇਕੱਲੇ ਕੇਸ ਕਤਲ ਨਹੀਂ ਹੋ ਸਕਣੇ, ਲਾਲੇ ਖੋਪਰ ਤੂੰ ਕੇਸਾਂ ਸਮੇਤ ਮੇਰਾ। ਇਕੱਲੇ ਕੇਸ ਕਤਲ ਨਹੀਂ ਹੋ ਸਕਣੇ ਜ਼ਾਲਿਮਾ, ਲਾਲੇ ਖੋਪਰ ਤੂੰ ਕੇਸਾਂ ਸਮੇਤ ਮੇਰਾ। ਤੋ ਦਸਮ ਪਿਤਾ ਨੇ ਬਖਸ਼ਿਆ ਹੈ ਜਿਹੜਾ ਚੜ੍ਹਦੀ ਕਲਾ ਦਾ ਹੈ ਪ੍ਰਤੀਕ ਹੋਲਾ, ਦਸਮ ਪਿਤਾ ਨੇ ਬਖਸ਼ਿਆ ਹੈ ਜਿਹੜਾ ਆ ਚੜ੍ਹਦੀ ਕਲਾ ਦਾ ਹੈ ਪ੍ਰਤੀਕ ਹੋਲਾ, ਅਸੀਂ ਇਹਦੀ ਹਾਂ ਕਰਦੇ ਉਡੀਕ ਰਹਿੰਦੇ, ਉੱਧਰ ਕਰਦਾ ਹੈ ਸਾਡੀ ਉਡੀਕ ਹੋਲਾ, ਉਵੇਂ ਉਵੇਂ ਹੈ ਖੋਲਦਾ ਖੂਨ ਸਾਡਾ, ਜਿਵੇਂ ਜਿਵੇਂ ਹੈ ਆਉਂਦਾ ਨਜ਼ਦੀਕ ਹੋਲਾ। ਜਦੋਂ ਤੱਕ ਹੈ ਜਾਚਕ ਸੰਸਾਰ ਰਹਿਣਾ, ਰਹਿਣਾ ਖਾਲਸੇ ਦਾ ਉਦੋਂ ਤੀਕ ਹੋਲਾ, ਰਹਿਣਾ ਖਾਲਸੇ ਦਾ ਉਦੋਂ ਤੀਕ ਹੋਲਾ।